ਪੰਜਾਬ ਦੇ ਨੌਜਵਾਨਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਦੇ ਵਿੱਚ 13 ਪਾਰਲੀਮੈਂਟਰੀ ਕੌਂਸਟੀਚੁਐਂਸੀਜ਼, 117 ਅਸੈਂਬਲੀ ਕੌਂਸਟੀਚੁਐਂਸੀਜ਼ ਨੇ ਜਿਨ੍ਹਾਂ ਦੇ ਵਿੱਚੋਂ ਤੁਹਾਡੇ ਉਮੀਦਵਾਰ ਵੋਟਾਂ ਲਈ ਖੜ੍ਹੇ ਹੋਏ। ਵੋਟਿੰਗ ਦੀ ਡੇਟ ਹੈਗੀ ਜੀ 4 ਫਰਵਰੀ, ਜੋ ਕਿ ਸ਼ਨੀਵਾਰ ਦਾ ਦਿਨ ਹੈਗਾ। ਕਾਫੀ ਸਾਰੇ ਲੋਕਾਂ ਦੀ ਛੁੱਟੀ ਵੀ ਹੁੰਦੀ ਹੈਗੀ ਹੈ। ਰਿਜ਼ਲਟਸ ਦਾ ਦਿਨ ਹੈਗਾ ਜੀ 11 ਮਾਰਚ 2017, ਜੋ ਕਿ ਫਿਰ ਸ਼ਨੀਵਾਰ ਦਾ ਦਿਨ ਹੈਗਾ। ਅਤੇ ਜੇ ਆਪਾਂ ਫਿਲਮੀ ਅੰਦਾਜ਼ ਦੇ ਵਿੱਚ ਕਹੀਏ ਤਾਂ ਜੀ 4 ਫਰਵਰੀ ਹੈਗਾ ਜੀ ਐਕਸ਼ਨ ਦਾ ਦਿਨ, ਅਤੇ 11 ਮਾਰਚ ਤੱਕ ਰਹੂਗਾ ਸਸਪੈਂਸ। ਅਤੇ ਕਿਹੜੀ ਫਿਲਮ ਹਿੱਟ ਹੁੰਦੀ ਹੈ ਜਾਂ ਕਿਹੜੀ ਫਿਲਮ ਫਲੋਪ ਹੁੰਦੀ ਹੈ ਉਹ ਟੋਟਲੀ ਡਿਪੈਂਡ ਕਰੂਗਾ ਤੁਹਾਡੀਆਂ ਵੋਟਿੰਗਸ 'ਤੇ।